ਬੁਰਾਇਆ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਜਲੰਧਰ ਦੀ ਮੁਫਤ ਕਾਨੂੰਨੀ ਸਹਾਇਤਾ ਜਾਗਰੂਕ ਮਹਿਮ ਦੇ ਤਹਿਤ ਐਡਵੋਕੇਟ ਗੌਰਵ ਕੌਸ਼ਲ ਅਤੇ ਐਡਵੋਕੇਟ ਅਮਰਦੀਪ ਡੀਏਵੀ ਕਾਲਜ ਪਹੁੰਚੇ। ਇਸ ਮੌਕੇ ਉਹਨਾਂ ਕਾਲਜ ਦੇ ਵਿਦਿਆਰਥੀਆਂ ਨਾਲ ਮੁਫਤ ਕਾਨੂੰਨੀ ਸਹਾਇਤਾ ਵਿਸ਼ੇ ਨੂੰ ਲੈ ਕੇ ਸੈਮੀਨਾਰ ਕਰਵਾਇਆ ਗਿਆ। ਉਹਨਾਂ ਕਿਹਾ ਕਿ ਸਮਾਜ ਦੇ ਕਈ ਲੋਕਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਬਾਰੇ ਬਹੁਤ ਕੁਝ ਨਹੀਂ ਪਤਾ ਅਤੇ ਨਿਆਂ ਕਿਸ ਤਰ੍ਹਾਂ ਪ੍ਰਾਪਤ ਕੀਤਾ ਜਾਵੇ ਇਸ ਬਾਰੇ ਉਹ ਨਹੀਂ ਜਾਣਦੇ, ਜਦਕਿ ਸਾਰਿਆਂ ਨੂੰ ਨਿਆਂ ਮਿਲਣਾ ਚਾਹੀਦਾ ਹੈ। ਉਹਨਾਂ ਮੁਫਤ ਕਾਨੂੰਨ ਸਹਾਇਤਾ ਲੈਣ ਬਾਰੇ ਕਾਲਜ ਦੇ ਸਮੂਹ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਦੇ ਹੋਏ ਦੱਸਿਆ ਹੈ ਕਿ ਫਿਲੌਰ ਵਿਖੇ ਹੈਲਪਲਾਈਨ ਡੈਸਕ ਖੋਲ੍ਹਿਆ ਗਿਆ ਹੈ, ਜਿੱਥੇ ਹਰ ਰੋਜ਼ 5 ਵਕੀਲਾਂ ਦਾ ਬੈਚ ਵਾਰੀ ਵਾਰੀ ਬੈਠਦਾ ਹੈ ਅਤੇ ਉਹ ਲੋਕਾਂ ਨੂੰ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਦੱਸਦੇ ਹਨ। ਵਧੇਰੇ ਜਾਣਕਾਰੀ ਲਈ ਆਪਣਾ ਟੋਲ ਫ੍ਰੀ ਨੰਬਰ 1968 ਸਾਰਿਆਂ ਨਾਲ ਸਾਂਝਾ ਕੀਤਾ ਹੈ। ਰਾਜੀਵ ਦਿਓਲ ਨੇ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਹੈ ਕਿ ਐਡਵੋਕੇਟ ਗੌਰਵ ਅਤੇ ਐਡਵੋਕੇਟ ਅਮਰਦੀਪ ਨੇ ਬਹੁਤ ਵਧੀਆ ਤਰੀਕੇ ਨਾਲ ਵਿਦਿਆਰਥੀਆਂ ਨੂੰ ਮੁਫਤ ਕਾਨੂੰਨੀ ਸਹਾਇਤਾ ਬਾਰੇ ਜਾਗਰੂਕ ਕੀਤਾ ਹੈ ਅਤੇ ਉਹ ਉਹਨਾਂ ਸਮੂਹ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਮੁਫਤ ਕਾਨੂੰਨੀ ਸਹਾਇਤਾ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਣੂ ਕਰਵਾਉਣ। ਇਸ ਮੌਕੇ ਪ੍ਰੋਫੈਸਰ ਰਿਸ਼ੂ ਕੌਸ਼ਲ, ਮੋਨਿਕਾ ਪ੍ਰੋਫੈਸਰ, ਸ਼ਬਨਮ ਪ੍ਰੋਫੈਸਰ, ਸਾਕਸ਼ੀ ਤੋਂ ਇਲਾਵਾ ਕਾਲਜ ਸਟਾਫ ਹਾਜ਼ਰ ਸਨ। ਗੁਰਾਇਆ ਤੋਂ ਪਵਨ ਭਨੌਟ ਦੀ ਖਾਸ ਰਿਪੋਰਟ। ਦਿਨ ਡੀ ਏ ਵੀ ਕਾਲਜ ਵਾਸਤੇ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਸਾਡੇ ਵਿੱਚ ਅੱਜ ਐਡਵੋਕੇਟ ਜਿਹੜੇ ਨੇ ਗੌਰਵ ਔਰ ਅਮਰਦੀਪ ਸਾਹਿਬ ਇਹ ਆਏ ਨੇ ਔਰ ਇਹਨਾਂ ਨੇ ਸਾਡੇ ਬੱਚਿਆਂ ਦੇ ਨਾਲ ਮੁਫਤ ਕਾਨੂੰਨੀ ਸਹਾਇਤਾ ਦਾ ਵਿਸ਼ੇ ਲੈ ਕੇ ਜਿਹੜਾ ਹੈ ਉਹ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਕਿਉਂਕਿ ਬਹੁਤ ਸਾਰੇ ਸਮਾਜ ਦੇ ਲੋਕ ਐਸੇ ਹੈ ਜਿਨ੍ਹਾਂ ਨੂੰ ਇਹ ਹੀ ਨਹੀਂ ਪਤਾ ਹੈ ਕਿ ਉਹਨਾਂ ਨੂੰ ਨਿਆਂ ਕਿਸ ਤਰ੍ਹਾਂ ਮਿਲਣਾ ਹੈ। ਜਦਕਿ ਅਸੀਂ ਇਹ ਸਾਰੇ ਜਾਣਦੇ ਹਾਂ ਕਿ ਇੱਕ ਸਟੇਟ ਇਜ਼ ਨੋਨ ਬਾਈ ਦ ਜਸਟਿਸ ਇਟ ਮੇਨਟੇਨ, ਅਰਥਾਤ ਹਰ ਆਦਮੀ ਨੂੰ ਨਿਆਂ ਮਿਲਣਾ ਚਾਹੀਦਾ ਹੈ ਔਰ ਦੋਨਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਡੇ ਵਿਦਿਆਰਥੀਆਂ ਨੂੰ ਦੱਸਿਆ ਹੈ ਕਿ ਉਹ ਕਿਸ ਤਰ੍ਹਾਂ ਜਿਹੜੀ ਹੈ ਕਾਨੂੰਨੀ ਮੁਫਤ ਸਹਾਇਤਾ ਜਿਹੜੀ ਹੈ ਪ੍ਰਾਪਤ ਕਰ ਸਕਦੇ ਹੈ ਅਤੇ ਨਿਆਂ ਨੂੰ ਪ੍ਰਾਪਤ ਕਰ ਸਕਦੇ ਹੈ। ਮੈਂ ਪੰਜਾਬ ਰਾਜ ਕਾਨੂੰਨੀ ਸੇਵਾ ਅਥਾਰਟੀ ਅਤੇ DSL ਜਲੰਧਰ ਜਿਹੜਾ ਹੈ ਡਿਸਟ੍ਰਿਕਟ ਹੈ ਉਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਮਿਸਟਰ ਗੌਰਵ ਅਤੇ ਮਿਸਟਰ ਅਮਰਦੀਪ ਸਾਹਿਬ ਨੂੰ ਇਸ ਸੇਵਾ ਵਾਸਤੇ ਲਗਾਇਆ ਜਿਨ੍ਹਾਂ ਨੇ ਸਾਡੇ ਵਿਦਿਆਰਥੀਆਂ ਨੂੰ ਜਾਣੂ ਕਰਾਇਆ, ਨਾ ਕੇਵਲ ਵਿਦਿਆਰਥੀਆਂ ਨੂੰ ਬਲਕਿ ਉਹ ਵਿਦਿਆਰਥੀ ਜਿਹੜੇ ਪਿੰਡਾਂ 'ਚੋਂ ਆਉਂਦੇ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਇਹਨਾਂ ਦਾ ਸੰਦੇਸ਼ ਜਿਹੜਾ ਹੈਗਾ ਉਹ ਦੂਰ ਦੂਰ ਤੱਕ ਅਤੇ ਹਰ ਵਿਅਕਤੀ ਤੱਕ ਪਹੁੰਚਾਉਣ ਤਾਂ ਕਿ ਉਹਨਾਂ ਨੂੰ ਨਿਆਂ ਜਿਹੜਾ ਹੈ ਉਹ ਮਿਲ ਸਕੇ। ਇੱਕ ਵਾਰ ਫਿਰ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ। ਅੱਜ ਦਾ ਕੀ ਆਪਣਾ ਸਮਾਗਮ ਸੀ ਇੱਥੇ? ਸਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਵੱਲੋਂ ਸਾਡੇ ਡਿਊਟੀ ਲੱਗੀ ਹੋਈ ਸੀ, ਅਸੀਂ ਰਿਟੇਨਰ ਵਕੀਲ ਹਾਂ ਉਹਨਾਂ ਦੇ, ਅਤੇ ਸਾਡੀ ਡਿਊਟੀ ਲੱਗੀ ਹੋਈ ਸੀਗੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਫਿਲੌਰ ਅਤੇ DAV ਕਾਲਜ ਫਿਲੌਰ ਵਿੱਚ ਅਸੀਂ ਅਵੇਅਰਨੈਸ ਕੰਪੇਨ ਕਰਨੀ ਸੀਗੀ ਫ੍ਰੀ ਲੀਗਲ ਏਡ ਬਾਰੇ, ਅਤੇ ਅੱਜ ਅਸੀਂ DAV ਕਾਲਜ ਦੇ ਵਿੱਚ ਆਏ ਹੋਏ ਹਾਂ ਅਤੇ ਬਹੁਤ ਹੀ ਵਧੀਆ ਇਹਨਾਂ ਦਾ ਸਟਾਫ, ਕੋਆਪਰੇਟਿਵ ਸਟਾਫ ਲੱਗਾ ਅਤੇ ਸਾਡੇ ਮਾਣਯੋਗ ਪ੍ਰਿੰਸੀਪਲ ਸਾਹਿਬ ਇਹਨਾਂ ਨੇ ਪੂਰਾ ਸਹਿਯੋਗ ਦਿੱਤਾ ਅਤੇ ਬੱਚਿਆਂ ਨੂੰ ਅਸੀਂ ਗਾਈਡ ਕੀਤਾ, ਉਹਨਾਂ ਦੀ ਜਾਣਕਾਰੀ 'ਚ ਵਾਧਾ ਕੀਤਾ ਕਿ ਸਾਡੇ ਕੋਲ ਰਾਈਟ ਟੂ ਫ੍ਰੀ ਲੀਗਲ ਏਡ ਹੈ ਜਿਹੜਾ ਸਾਡੇ ਸੰਵਿਧਾਨ ਦੇ ਵੱਲੋਂ ਸਾਨੂੰ ਦਿੱਤਾ ਗਿਆ ਆ, ਉਹਨੂੰ ਵੀ ਅਸੀਂ ਕਿਸ ਤਰ੍ਹਾਂ ਵਰਤੋਂ ਕਰ ਸਕਦੇ। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।